ਵੇਖਣ ਵਾਲੇ ਸਾਰੇ ਦੋਸਤਾਂ ਨੂੰ احمد ਰਜ਼ਾ ਦਾ ਸਲਾਮ ਸਤਿ ਸ੍ਰੀ ਅਕਾਲ ਔਰ ਨਮਸਤੇ ਆਦab ਦੋਸਤੋ ਅੱਜ ਫਿਰ ਮੈਂ ਹੁਣੇ ਹੀ ਪਹੁੰਚਿਆ ਹਾਂ ਪਿੰਡ ਔਰ ਮੈਨੂੰ ਅਜੇ ਕੋਈ 10 ਮਿੰਟ ਹੋਏ ਮੈਂ ਕਾਰ ਖੜੀ ਕਰਕੇ ਤੇ ਮੈਂ ਇਸ ਟਾਈਮ ਕਿਉਂਕਿ ਦਿਨ ਗਰੂਬ ਹੋ ਰਿਹਾ ਹੈ ਔਰ ਇਹ ਤੁਸੀਂ ਮੰਜ਼ਰ ਜਿਹੜਾ ਹੈ ਗਰੂਬ ਹੁੰਦੇ ਸੂਰਜ ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਔਰ ਨੌਜਵਾਨ ਵੀ ਨਾਲ-ਨਾਲ ਆ ਗਏ ਕਿਉਂਕਿ ਅਸੀਂ ਮਿਲ ਕੇ ਫਸਲਾਂ ਦੀ ਸੈਰ ਕਰਨੀ ਔਰ ਸਭ ਤੋਂ ਅੱਗੇ ਜੀ ਅਕੀਲ ਸਾਹਿਬ ਉਸ ਤੋਂ ਬਾਅਦ ਹਸਨ ਔਰ ਹਸਨ ਤੋਂ ਪਿੱਛੇ ਐਸਨ ਜ਼ਮਾਨ ਤੇ ਇਹ ਵੀ ਮੇਰੇ ਨਾਲ ਫਸਲਾਂ ਦੀ ਸੈਰ ਕਰਨਗੇ ਅਸੀਂ ਫਸਲਾਂ ਦੀ ਸੈਰ ਨੂੰ ਨਿਕਲ ਰਹੇ ਆਂ ਔਰ ਡੁੱਬਦੇ ਸੂਰਜ ਦਾ ਨਜ਼ਾਰਾ ਤੁਸੀਂ ਵੀ ਕਰ ਸਕਦੇ ਹੋ ਕਿ ਕਿੰਨਾ ਖੂਬਸੂਰਤ ਲੱਗਦਾ ਹੈ ਔਰ ਇਹਦੇ ਅੱਗੇ ਜਿਹੜੀ ਸਾਰੀ ਹਰੀ-ਭਰੀ ਫਸਲ ਤੁਹਾਨੂੰ ਨਜ਼ਰ ਆ ਰਹੀ ਹੈ ਮੈਂ ਪੂਰਾ ਤੁਹਾਨੂੰ ਖੇਤ ਦਿਖਾਉਂਦਾ ਹਾਂ ਇਹ ਖੇਤ ਜਿੱਥੇ ਤੱਕ ਤੋਂ ਨਜ਼ਰ ਆ ਰਹੀ ਹੈ ਹੇ ਹੇ ਕਣਕ ਦੀ ਫਸਲ ਕਣਕ ਨੂੰ ਜਿਸ ਨੂੰ ਬਹੁਤ ਸਾਰੇ ਲੋਕ ਗੰਦਮ ਵੀ ਬੋਲਦੇ ਨੇ ਔਰ ਇਹ ਗੰਧਾ ਮੈਸ ਟਾਈਮ ਤੱਕ ਇਹਦਾ ਇਸ ਨੂੰ ਸੀ ਬੋਲਦੇ ਹੁੰਦੇ ਗੱਬੇ ਤੇ ਆ ਜਾਣਾ ਮਤਲਬ ਇਸ ਤੋਂ ਬਾਅਦ ਇਸ ਨੂੰ ਸਿੱਟਾ ਕੱਢਣਾ ਹੈ ਔਰ ਉਹ ਸਿੱਟਾ ਫਿਰ ਆਹستہ ਆਹستہ ਪੱਕਣਾ ਸ਼ੁਰੂ ਹੋ ਜਾਏਗਾ ਇਸ ਤੋਂ ਬਾਅਦ ਇੱਕ ਮਹੀਨੇ ਬਾਅਦ ਇਸ ਦਾ ਪੱਤੇ ਜਿਹੜੇ ਨੂੰ ਪੀਲੇ ਹੋਣੇ ਸ਼ੁਰੂ ਹੋ ਜਾਣਗੇ ਔਰ ਉਸ ਤੋਂ ਅੱਗੇ ਕੋ 10 15 ਦਿਨ ਦੇ ਬਾਅਦ ਇਹ ਫਿਰ 골ਡਨ ਕਲਰ ਜਿਸ ਤਰ੍ਹਾਂ ਸੋਨੇ ਦਾ ਕਲਰ ਹੁੰਦਾ ਹੈ ਉਹ ਇਸ ਕਣਕ ਦਾ ਉਹ ਕਲਰ ਹੋ ਜਾਂਦਾ ਹੈ ਸੋ ਇੱਕੋ ਹੀ ਫਸਲ ਹੈ ਔਰ ਇਹਦੇ ਕਈ ਰੂਪ ਹੈ ਖੇਤਰਤ ਇਹਨਾਂ ਦੀ ਕੁਦਰਤ ਉਹ ਇਹਨਾਂ ਦੇ ਰੰਗ ਬਦਲਦੀ ਹੈ ਔਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਫਿਰ ਮੇਵਾ ਬਣਦੀ ਹੈ ਇਹ ਉਹ ਕਣਕ ਦੀ ਫਸਲ ਹੈ ਜਿਹੜੀ ਪੰਜਾਬ ਦੇ ਨਾਲ ਇਸ ਦਾ ਸੰਬੰਧ ਬਹੁਤ ਗਹਿਰਾ ਹੈ ਜਿੰਦੇ ਹੜੱppa ਦੀ ਤਹਿਜ਼ੀਬ ਜਿਹੜੀ ਹੈ ਅਜ ਤੱਕ 5-6000 ਸਾਲ ਸੌਰੀ 5000 ਸਾਲ ਉਹ ਜਾਂ 6000 ਸਾਲ ਦੇ ਪਹਿਲੇ ਜਿਤਨੇ ਸਨ ਸ਼ਵੇਦ ਮਿਲਣ ਉਹਦੇ ਚ ਇੱਕ ਫਸਲ ਕਣਕ ਦੀ ਵੀ ਹੈ ਸੋ ਇਸ ਖਿੱਤੇ ਦੇ ਕਣਕ ਸ਼ੁਰੂ ਤੋਂ ਬੀਜੀ ਜਾਂਦੀ ਜਾ ਰਹੀ ਹੈ। ਔਰ ਜਿਹੜੇ ਮੁਸਲਮਾਨ ਹਨ ਉਹਨਾਂ ਵਾਸਤੇ ਤੇ ਕਣਕ ਦੀ ਕਣਕ ਦੇ ਦਾਣੇ ਦੀ ਇੱਕੋ ਮذਬੀ ਇੰਪੋਰਟੈਂਸ ਵੀ ਹੈ ਕਿ ਕਣਕ ਦੇ ਦਾਣੇ ਦੀ ਵਜ੍ਹਾ ਨੂੰ ਖਾਣ ਦੀ ਵਜ੍ਹਾ ਤੋਂ ਉਸਨੂੰ ਗਲਤੀ ਮੰਨਿਆ ਜਾਂਦਾ ਹੈ। ਬਾਬਾ ਆਦਮ ਤੇ حضرت ਆਮਾ ਹਵਾ ਦੇ ਤੇ ਇਹ ਇੱਕ ਲੰਬੀ ਰਵਾਇਤ ਹੈ ਕਣਕ ਦੀ ਔਰ ਉਹ ਕਣਕ ਦੀ ਫਸਲ ਐ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ। ਐਗਰੈਸਿਵ ਮੈਂ ਅੰਦੇ ਮੜਤੂਲੇ ਕੁੱਤੇ ਤੱਕ ਤੱਕ ਤਨ ਇਹ ਦਿਖਾ ਪਾਵਾਂ ਇਹ ਅੰਦੇ ਮੜਤੂਲੇ ਇਹਨਾਂ مزید ਹੁਣ ਕੋ ਡੇਢ ਤੋਂ 2 ਮਹੀਨੇ ਉਹ ਪੱਕਣ ਤੇ ਚਾਹੀਦੇ ਔਰ ਜੋ ਹੀ ਫਿਰ ਇਹਦਾ ਵਿਸਾਖੀ ਦਾ ਮਹੀਨਾ ਵਿਸਾਖ ਦਾ ਸ਼ੁਰੂ ਹੁੰਦਾ ਹੈ ਤੇ ਸਾਡੀ ਸਾਈਡ ਤੇ ਕੋਈ 2-4 ਵਿਸਾਖੀ ਜਾਂ ਸ਼ੁਰੂ ਵਿਸਾਖ ਤੁਸੀਂ ਕਣਕਾ ਉਹ ਵੜਣੀਆਂ ਸ਼ੁਰੂ ਹੋ ਜਾਂਦੀਆਂ ਆਓ ਅੱਗੇ ਚੱਲਦੇ ਆਂ ਅੱਗੇ ਦੇਖਦੇ ਆਂ ਕਿ ਅੱਗੇ ਕੀ ਹੈ ਲਓ ਜੀ ਇਹ ਜੋ ਕੁਝ ਸੰ ਦਿਖਾ ਰਹੇ ਆਂ ਇਹ ਹੈ ਸਰੋਂ ਦੇ ਪੁੱਲ اور ਯਕੀਨਨ ਇਹਦੇ ਥੱਲੇ ਜਿਹੜੀ ਬਰਸੀਮ ਹੈ ਉਹ ਪਹਿਲੇ ਵੱਢ ਲਈ ਗਈ ਹੈ ਔਰ ਇਹ ਵਿੱਚੋਂ ਦੋ ਤਰ੍ਹਾਂ ਦੀ ਸਰੋਂ ਜਿਹੜੀ ਹੈ ਇਹ ਤੇ ਮੋਸਟਲੀ ਜਿੱਥੇ ਤੱਕ ਮੇਰੀ ਨਜ਼ਰ ਆ ਰਹੀ ਹੈ ਗੋਭੀ ਸਰੋਂ ਹੀ ਹੈ ਔਰ ਇਹ ਉਹੀ ਸਰੋਂ ਹੈ ਹੁਣ ਇਸ ਤੋਂ ਅੱਗੇ ਪੱਕੇਗੀ ਇਹਦੇ ਚ ਪੱਕਣ ਤੋਂ ਬਾਅਦ ਇਸ ਦੇ ਜਿਹੜੇ ਦਾਣੇ ਹਨ ਉਹਨਾਂ ਦਾਣਿਆਂ ਤੋਂ ਜਿਹੜਾ ਅਸੀਂ ਮਸਟਰਡ ਆਇਲ ਬੋਲਦੇ ਹਾਂ ਜਿਹੜੇ ਹਰ ਸ਼ੈਂਪੂ ਦੇ ਵਿੱਚ ਪਾਇਆ ਜਾਂਦਾ ਹੈ ਔਰ ਵੈਸੇ ਵੀ ਉਸ ਤੇ ਬਹੁਤ ਸਾਰੇ ਹੋਰ ਚੀਜ਼ਾਂ ਦਾ achar ਦੇ ਵਿੱਚ ਪਾਇਆ ਜਾਂਦਾ ਹੈ ਜਿਹੋਦੇ ਵਿੱਚ ਹੋਰ ਕੁਝ ਰੈਸਪੀਜ਼ ਜਿਹੜੀਆਂ ਹਨ ਉਹ ਵੀ ਪਕਾਈਆਂ ਜਾਂਦੀਆਂ ਹਨ ਉਹ ਜਿਹੜਾ ਸਰੋਂ ਦਾ ਆਇਲ ਹੈ ਉਹਦਾ ਪੌਦਾ ਐਮਜੋ ਤੁਹਾਨੂੰ ਦਿਖਾ ਰਹੀਆਂ ਹਾਂ ਇਹ ਉਸ ਦਾ ਪੌਦਾ ਹੈ ਔਰ ਇਹਦੇ ਵੀ ਮੈਂ ਤੁਹਾਨੂੰ ਮੋੜ ਤੋ ਲੈ ਕੇ ਉੱਪਰ ਤੱਕ ਜੇ ਦਿਖਾ ਪਾਵਾਂ ਤੇ ਐ ਫਿਰ ਇਹਨੂੰ ਥੋੜਾ ਜਿਹਾ ਵਿਰਲਾ 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 ਮਤਲਬ ਦੂਰ ਦੂਰ ਇਹ ਪੌਦੇ ਛੱਡ ਦਿੱਤੇ ਜਾਂਦੇ ਨੇ ਤਾਂ ਕਿ ਬਾਕੀ ਇਹਦੇ ਜਿੰਨਾ ਚਾਰਾ ਹੈ ਮੱਝਾਂ ਦਾ ਇਹ ਜਾਨਵਰਾਂ ਦਾ ਦੂਸਰਾਂ ਦਾ ਉਹ ਵੀ ਇਹਦੇ ਥੱਲੇ ਹੁੰਦਾ ਰਹੇ ਔਰ ਇਹ ਵੀ ਆਪਣੇ ਤੌਰ ਤੇ ਪੱਕਦਾ ਰਹੇ ਆਓ ਇਸ ਤੋਂ ਅੱਗੇ ਚੱਲਦੇ ਆਂ ਅੱਗੇ ਦੇਖਦੇ ਆਂ ਅੱਗੇ ਕੀ ਜੀ ਇਸ ਤੋਂ ਅੱਗੇ ਅਸੀਂ ਦੇਖੀਏ ਤੇ ਇਹ ਗੋਭੀ ਸਰੋਂ ਜ ਨਹੀਂ ਹੈ ਇਹ ਦੂਸਰੀ ਸਰੋਂ ਹੈ ਜਿੰਦੇ ਤੋਂ ਸਾਗ ਬਣਦਾ ਹੈ ਤੇ ਇਹ ਤਕਰੀਬਨ ਇਸ ਟਾਈਮ ਤੱਕ ਇਹਦੇ ਦਾਣੇ ਜਿਹੜੇ ਹਨ ਇਹ ਬਣ ਚੁੱਕੇ ਹਨ ਇਹਦਾ ਸਿਰਫ ਪੱਕਣ ਦੀ ਦੇਰ ਹੈ ਮਤਲਬ ਉਸ ਤੋਂ ਅਗਲਾ ਜਿਹੜਾ ਮੈਂ ਤੁਹਾਨੂੰ ਪਿਛਲਾ ਦਿਖਾ ਰਿਹਾ ਸੀ ਉਸ ਤੋਂ ਅਗਲਾ ਇਹਦਾ ਪ੍ਰੋਸੈਸ ਹੁੰਦਾ ਹੈ ਔਰ ਇਹ ਹੁਣ ਕੋ ਵੀ ਵੀਕ ਦਿਨ ਇਸ ਨੂੰ ਵੀ ਮੈਕਸਿਮਮ 1 ਮਹੀਨਾ ਲੱਗੇ ਇਹਨੂੰ ਪੱਕਣ ਨੂੰ ਇਹ ਦਾਣੇ ਦੇ ਅੰਦਰ ਬਲੇਕ ਕਲਰ ਦਾ ਉਹ ਪੱਕ ਜਾਏਗਾ ਔਰ ਉਹਨਾਂ ਦਾਣਿਆਂ ਤੋਂ ਮਸਟਰਡ ਆਇਲ ਜਿਹੜਾ ਹੈ ਉਹ ਬਣਾਏਗਾ ਇਹ ਤੁਹਾਨੂੰ ਇਹਦੇ ਵਿੱਚ ਨਜ਼ਰ ਆ ਰਹੇ ਹੋਣਗੇ ਇਹ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਇਨਕੇ ਦੂਰ ਦੂਰ ਦੇ ਪੌਦੇ ਛੱਡ ਦਿੱਤੇ ਜਾਂਦੇ ਐਥੂ ਜੇ ਮੈਂ ਤੁਹਾਨੂੰ ਦਿਖਾ ਪਾਵਾਂ ਐਥੂੰਦੇ ਉਪਾਦ ਦਾ ਬੜਾ ਖੂਬਸੂਰਤ ਨਜ਼ਰ ਆ ਰਹੀ ਹੈ ਆਓ ਕੁਛ ਅੱਗੇ ਦੇਖਦੇ ਹਾਂ ਕਿ ਅੱਗੇ ਫਿਰ ਕੀ ਹੈ ਜੀ ਇਹ ਹੈ ਉਹ ਬਰਸੀਮ ਦਾ ਚਾਰਾ ਜਿੰਦੇ ਇਹਦੇ ਮختلف ਲੋ ਹੁੰਦੇ ਨੇ ਐ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਚਾਰਾ ਕੱਟਿਆ ਗਿਆ ਹੈ ਔਰ ਇਹ ਕਿ ਕੱਟਣ ਵਾਲਾ ਰਹਿਂਦਾ ਹੈ ਇਹ ਬਰਸੀਮ ਜਿਹੜੀ ਹੈ ਇਹਦੇ ਕੋਲ ਲੋ 5 ਤੋਂ 6 ਉਹ ਪੂਰੀਆਂ ਸਰਦੀਆਂ ਦੇ ਵਿੱਚ ਲਿਆ ਜਾਂਦੇ ਨੇ ਜਿਹੜੀ ਅੱਛੀ ਬਰਸੀਮ ਹੁੰਦੀ ਹੈ ਉਹ 5 ਤੋਂ 6 ਲੋ ਦਿੰਦੀ ਬਾਕੀ ਤੇ ਹੁੰਦਾ ਇੱਕ 3 ਤੋਂ 4 ਲੋ ਲੋ ਮਤਲਬ ਉਹ ਜਿਹੜਾ ਇੱਕ ਵਾਰੀ ਤੋਂ ਦੂਸਰੀ ਦਫਾ ਉਹ ਆਪਣੇ ਤੌਰ ਤੇ ਫੁੱਟਦੀ ਹੈ ਉਹ ਚਾਰਾ ਬਣਦਾ ਉਹਨੂੰ ਅਸੀਂ ਲੋ ਬੋਲਦੇ ਆ ਤੇ ਇਹ ਹੈ ਚਾਰਾ ਇਸ ਤੋਂ ਅੱਗੇ ਦੇਖਦੇ ਆ ਕਿ ਅੱਗੇ ਕੀ ਹੈ ਲੋ ਜੀ ਇਹ ਵੀ ਅੱਗੇ ਇੱਕ ਖੇਤ ਜਿਹੜਾ ਹੈ ਉਸੇ ਹੀ ਕਣਕ ਦਾ ਗੰਧਮ ਦਾ ਦੂਰ ਦੂਰ ਤੱਕ ਜਿੱਥੇ ਤਾਹਤ ਦੇ ਨਜ਼ਰ ਜਿੱਥੇ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਇਹੀ ਕਣਕ ਦਾ ਖੇਤ ਹੈ ਐਸਨ ਕੁਝ ਫਸਲਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਤੇ مزید ਅੱਗੇ ਤੁਹਾਨੂੰ ਪਿੰਡ ਦੀਆਂ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਇਹਦੇ ਨਾਲ ਹੀ ਇਜਾਜ਼ਤ ਦਿਓ